ਅਸਲਾਮੁਅਲੈਕਮ ਕੀ ਹਾਲ ਚਾਲ ਹੈ ਤੁਹਾਡਾ ਠੀਕ ਠਾਕ ਹੋ ਤੁਸੀਂ ਸਾਰੇ ਐਸੀ ਤਬੀਅਤ ਹੈ ਤੁਹਾਡੀ ਸਾਰਿਆਂ ਦੀ ਅੱਲਾਹ ਕਰੇ ਤੁਸੀਂ ਸਾਰੇ ਹੱਸਦੇ ਰਹੋ ਤੇ বাসਦੇ ਰਹੋ ਤੇ ਅੱਜ ਫੇਰ ਆ ਗਏ ਨਾਇਆਬ ਜ਼ਮਾਨੇ ਦੇ ਨਾਲ ਮੇਰੇ ਅਸਾਂ ਅੰਦਰ ਕੋਈ ਬੁੱਢੀ ਰੂਹ ਅੱਲਾਹ ਨੇ ਪਾ ਦਿੱਤੀ ਹੈ ਕਿ ਉਹ ਜਿਹੜਾ ਨਾਇਆਬ ਜ਼ਮਾਨੇ ਭੁੱਲਦੇ ਹੀ ਨਹੀਂ ਨੇ ਤੇ ਭਾਈ ਚੰਗੀ ਗੱਲ ਹੈ ਇੱਕ ਹਿਸਾਬ ਨਾਲ ਬੜਾ ਪਲੱਸ ਪੁਆਇੰਟ ਹੈ ਕਿ ਹਰ ਬੰਦੇ ਨੂੰ ਆਪਣਾ ਪਿਛਾ ਨਹੀਂ ਭੁੱਲਣਾ ਚਾਹੀਦਾ ਸਾਡੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਕਿ ਜਿਹੜਾ ਬੰਦਾ ਆਪਣਾ ਪਿੱਛਾ ਭੁੱਲ ਜਾਵੇ ਨਾ ਉਹ ਕੋਈ ਬੰਦਾ ਹੀ ਨਹੀਂ ਹੁੰਦਾ ਜੇ ਅੱਛੇ ਹਾਲਾਤ ਚ ਤੁਸੀਂ ਰਹੇ ਹੋ ਵਾ ਬੁਰੇ ਚ ਰਹੇ ਹੋ ਆਪਣਾ ਜਿਹੜਾ ਜੜ ਬਣਿਆ ਆ ਦੇ ਨਾ ਉਹ ਬੰਦੇ ਨੂੰ ਨਹੀਂ ਭੁੱਲਣੀ ਚਾਹੀਦੀ ਜੋ ਤੁਸੀਂ ਹੈਗੇ ਸਾ ਉਹ ਤੁਸੀਂ ਹੈਗੇ ਦੁਨੀਆ ਚ ਅੱਲਾਹ ਤਾਲਾ ਤੁਹਾਨੂੰ ਬਹੁਤ ਜ਼ਿਆਦਾ ਤਰਕੀਆਂ ਦਿੰਦਾ ਵੇ ਕਿੱਥੇ ਤੱਕ ਕਿੱਥੇ ਮਕਾਮ ਤੁਹਾਨੂੰ ਇਤਾਹ ਹੋ ਜਾਂਦੇ ਨੇ ਤੁਹਾਨੂੰ ਪਹੁੰਚਾ ਦਿੱਤਾ ਜਾਂਦਾ ਵੇ ਲੇਕਿਨ ਅਗਰ ਤੁਸੀਂ ਕਿਸੇ ਛੋਟੇ ਮਹੱਲੇ ਤੋਂ ਛੋਟੇ ਘਰ ਤੋਂ ਛੋਟੀਆਂ ਗਲੀਆਂ ਚ ਖੇਲ ਕੇ بڑے ਹੋਏ ਹੋ ਤੇ ਇਹਦੇ ਚ ਕੋਈ ਸ਼ਰਮਿੰਦਗੀ ਵਾਲੀ ਗੱਲ ਨਹੀਂ ਹੈ ਬਲਕਿ ਫਖਰ ਵਾਲੀ ਗੱਲ ਹੈ ਔਰ ਅੱਲਾਹ ਤਾਲਾ ਦਾ ਸ਼ੁਕਰਗੁਜ਼ਾਰੀ ਵਾਲੀ ਗੱਲ ਹੈ ਅਸੀਂ ਵੀ ਜਿਹੜੇ ਇਸ ਪੁਹਾਲੇ 'ਚ ਬਚਪਨ 'ਚ ਪਲੇ ਬੜੇ ਕੋਈ ਬਹੁਤ ਜ਼ਿਆਦਾ ਵੀਆਈਪੀ ਇਲਾਕਾ ਨਹੀਂ ਸੀ ਇਹ ਵੀ ਬਸ ਇੱਕ ਛੋਟਾ ਜਿਹਾ ਮਲਾ ਸੀ ਛੋਟੇ ਛਟੇ ਕਾਰਸਾਨੋ ਦੇ ਵਿੱਚ ਤੇ ਅਸੀਂ ਪਰ ਵੱਡੇ ਲੋਕ ਰਹਿੰਦੇ ਸਨ ਉਹਨਾਂ ਛੋਟਾ ਛੋਟਿਆ ਕਹਾਂ 'ਚ ਲੋਕ ਬੜੇ ਵੱਡੇ ਰਹਿੰਦੇ ਸਨ ਯਕੀਨ ਮੰਨੋ ਕਿ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਬਾਲਦਨ ਬਹੁਤ ਜ਼ਿਆਦਾ ਪੜੇ ਲਿਖੇ ਪੜੇ ਲਿਖੇ ਬਲਕਿ ਨਹੀਂ ਸਾਡੇ ਮੇਰੇ ਵਾਲਿਦ ਪੜੇ ਲਿਖੇ ਸਨ ਮੇਰੀ ਅਮੀ ਇੰਨਾ ਜ਼ਿਆਦਾ ਪੜੇ ਲਿਖੇ ਨਹੀਂ ਸਨ ਫਿਰ ਸਾਡੇ ਮਹੱਲੇ 'ਚ ਅਕਸਰiyet ਐਸੇ ਲੋਕਾਂ ਦੀ ਸੀ ਜਿਹੜੇ ਪੜੇ ਲਿਖੇ ਲੋਕ ਨਹੀਂ ਸਨ ਤੇ ਪਰ ਇਹ ਵੀ ਕਿ ਉਹ ਇੰਨਾ ਅਦਾਬ ਲਿਹਾਜ਼ ਤਮੀਜ਼ ਬੱਚਿਆਂ ਨੂੰ ਸਿਖਾਇਆ ਜਾਂਦਾ ਸੀ ਮੁਹੱਬਤਾਂ ਸਿਖਾਈਆਂ ਜਾਂਦੀਆਂ ਸਨ ਰਿਸ਼ਤਿਆਂ ਦਾ ਇੱਜ਼ਤ ਰਾਮ ਸਿਖਾਇਆ ਜਾਂਦਾ ਸੀ ਕਿ ਜਿਹੜੇ ਅੱਜ ਪੜ੍ਹੇ ਲਿਖੇ ਲੋਕ ਵੀ ਉਹ ਡਿਊਟੀਆਂ ਜੜੀਆਂ ਨੇ ਨਾ ਨਹੀਂ ਪੂਰੀਆਂ ਕਰ ਸਕਦੇ ਉਸ ਜ਼ਮਾਨੇ 'ਚ ਕੋਈ ਵੀ ਬਹਲੇ ਦਾ ਬਜ਼ੁਰਗ ਜਿਹੜਾ ਵੇ ਕਿਸੇ ਵੀ ਬੱਚੇ ਨੂੰ ਡਾਂਟ ਸਕਦਾ ਸੀ ਉਹਦਾ ਪੂਰਾ ਇਖਤਿਆਰ ਹੁੰਦਾ ਸੀ ਬਿਲਕੁਲ ਚੀਫ ਜਸਟਿਸ ਆਫ ਪਾਕਿਸਤਾਨ ਜਿਵੇਂ ਕੋ ਜਸਟਿਸ ਉਹਨਾਂ ਇਖਤਿਆਰ ਹੁੰਦੇ ਸਰ ਉਸ ਬੰਦੇ ਦੇ ਕੋਲ ਬੰਦੇ ਦੇ ਜਿਹੜੇ ਕੋਈ ਬਜ਼ੁਰਗ ਬਾਬਾ ਹੁੰਦਾ ਸੀ ਜਾਂ ਜਿਹੜੇ بڑے ਹੁੰਦੇ ਸਨ ਕਿ ਕਿਸੇ ਵੀ ਬੱਚੇ ਨੂੰ ਡਾਂਟ ਸਕਦੇ ਸਨ ਮਾਪਿਆਂ ਦੀ ਜ਼ਰੂਰਤ ਨਹੀਂ ਹੁੰਦੀ ਸੀ ਕਿ ਵੀ ਉਹਨਾਂ ਨੂੰ ਕਿਹਾ ਜਾਵੇ ਕਿ ਕਿਉਂ ਤੁਸੀਂ ਸਾਡੇ ਬੱਚੇ ਨੂੰ ਕਿਉਂ ਡਾਂਟਿਆ ਤੁਸੀਂ ਹੁੰਦੇ ਕੌਣ ਸਾਡੇ ਬੱਚੇ ਨੂੰ ਡਾਂਟਣ ਵਾਲੇ ਬਲਕਿ ਖੁਸ਼ ਹੋਣਾ ਇਹ ਦੇਖੋ ਵੀ ਇਹਨੇ ਸਾਡੇ ਬੱਚੇ 'ਤੇ ਬਾਹਰ ਨਜ਼ਰ ਰੱਖੀ ਇਹਨਾਂ ਮਾਸ ਸਾਡਾ ਬੱਚਾ ਕੋਈ ਗਲਤ ਕੰਮ ਕਰ ਰਿਹਾ ਸੀ ਤੇ ਦੂਸਰੇ ਨੇ ਨਜ਼ਰ ਰੱਖੀਏ ਤਾਂ ਉਹਨੂੰ ਸਾਨੂੰ ਉਹਨੂੰ ਡਾਂਟਿਆ ਤੇ ਇਸ ਤਰ੍ਹਾਂ ਉਬਰਾ ਨਹੀਂ ਉਹਨਾਂ ਸੀਜ਼ਨ ਬਣਾਇਆ ਅਸੀਂ ਸਾਡੇ ਅ ਅੱਲਾ ਜਣ ਤਸੀਬ ਕਰੇ ਸਾਡੇ ਫੁੱਫਾ ਜੀ ਕੋਲ ਹੁੰਦੇ ਸਨ ਉਹ ਡਾਂਟ ਦੇਣਾ ਸਾਡੇ ਹੋਰ ਇੱਕ ਦੋ ਮੁਹੱਲੇ ਦੇ ਬਜ਼ੁਰਗ ਸਨ ਤੇ ਅਸੀਂ ਜੇ ਰੋਂਦੇ ਜਾਣਾ ਅੱਪੂ ਦੇ ਕੋਲ ਤੇ ਅੱਬੂ ਜੀ ਹਰ ਸਾਨੂੰ ਡਾਂਟਿਆਵੇ ਅੱਬੂ ਕਹਿੰਦਾ ਚੰਗਾ ਕੀ ਚਾਹ ਰਹੇ ਤਾਨੂੰ ਤੁਹਾਨੂੰ ਦੋ ਹੋਰ ਲਾਣੀਆਂ ਚਾਹੀਦੀਆਂ ਸਨ ਤੁਹਾਨੂੰ ਛੱਡ ਕਿਉਂ ਦਿੱਤਾ ਉਹ ਤੁਹਾਨੂੰ ਦੋ ਲਾ ਕੇ ਭੇਜਦਾ ਮੈਂ ਬੜਾ ਕੰਧ ਖੁਸ਼ ਆ ਕੇ ਤੁਹਾਨੂੰ ਡਾਂਟ ਪਈ। ਅਬ ਉਹ ਬੜਾ ਇਸ ਤਰ੍ਹਾਂ ਬਜ਼ੁਰਗ ਜਿਹੜੇ ਸਨ ਉਹ ਇਸ ਤਰ੍ਹਾਂ ਕਰਦੇ ਹੁੰਦੇ ਸਨ ਕਿ ਬੁਰਾ ਨਹੀਂ ਮਨਾਇਆ ਜਾਂ ਅੱਜ ਤੁਸੀਂ ਦੇਖੋ ਜ਼ਮਾਨਾ ਕਿੰਨਾ ਬਦਲ ਗਿਆ ਆਪਣੇ ਸਕੇ ਭੈਣ ਭਰਾ ਦੇ ਤੁਸੀਂ ਬੱਚੇ ਨੂੰ ਜ਼ਰਾ ਜਿਹਾ ਕਹਿ ਕੇ ਤੇ ਦੇਖੋ ਡਾਂਟ ਕੇ ਤੇ ਦੇਖੋ ਉਹ ਭੈਣ ਭਰਾ ਤੇ ਤੁਹਾਡਾ ਨਾਰਾਜ਼ ਹੋਏਗਾ ਹੀ ਹੋਏਗਾ। ਉਹ ਬੱਚਾ ਵੀ ਤੁਹਾਡਾ ਨਾਰਾਜ਼ ਹੋ ਜਾਏਗਾ। ਕਿ ਗੱਬ ਮੈਨੂੰ ਇਹਨੇ ਕਿਉਂ ਡਾਂਟਿਆ ਹੋਇਆ? ਹੁੰਦਾ ਕੌਣ ਮੈਨੂੰ ਡਾਂਟਣ ਵਾਲਾ? ਤੇ ਇਸ ਤਰ੍ਹਾਂ ਮਾਹੌਲ ਬਦਲ ਗਿਆ ਵੇ ਕਿ ਤੁਸੀਂ ਮੁਹੱਲੇ 'ਚ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਰਾ ਕਿ ਕਿਸੇ ਨੂੰ ਤੁਸੀਂ ਡਾਂਟ ਤਵੋ ਜਾਂ ਕਹਿ ਦਵੋ। قتل ਹੋ ਰਹੇ ਨੇ ਲੜਾਈਆਂ ਹੋ ਰਹੀਆਂ ਨੇ ਗੁੱਤਮ ਗੁੱਥਾ ਹੋ ਰਹੇ ਨੇ ਲੋਕ بس ਉਹ ਚੱਲ ਰਿਹਾ سلسلہ ਕਿਉਂਕਿ ਨਫ਼ਰਤਾਂ ਦਿਲ ਚ ਪਾਈਆਂ ਗਈਆਂ ਨੇ ਜਿਹੜੇ ਪੜੇ ਲਿਖੇ ਲੋਕ ਨਹੀਂ ਸਨ ਉਸ ਜ਼ਮਾਨੇ ਉਹ ਕਹਿੰਦੇ ਨੇ ਪਾਕਿਸਤਾਨ ਨੂੰ ਬਿਲਕੁਲ ਮੈਂ ਸਹੀ ਇੱਕ ਜਗ੍ਹਾ ਪੜਿਆ ਆ ਕੇ ਪਾਕਿਸਤਾਨ ਨੂੰ ਇੰਨਾ ਨੁਕਸਾਨ ਜਾਹਲਾ ਨੇ ਨਹੀਂ ਪਹੁੰਚਾਇਆ ਜਿਹਨਾਂ ਪੜੇ ਲਿਖਿਆ ਨੇ ਪਹੁੰਚਾ ਦਿੱਤਾ ਤੇ ਬਈ 16 ਨੇ ਸੱਚ ਜੇ ਇਹ ਗੱਲ ਕਿ ਜਿਹਨੇ ਉਹ ਜ਼ਮਾਨੇ ਜਦੋਂ ਲੋਕ تعلیم ਇੰਨੀ ਜ਼ਿਆਦਾ ਨਹੀਂ ਸੀ ਆ ਪਰ ਲੋਕ اخلاقیات دے نال جیندے سن لوگ ایک دوسرے محبتہ دے نال محبتاں وانڈے سن لوگ ایک دوسرے دے دکھ درد وچ شامل ہوندے سن لوگ ایک محلے داری دا خیال کرتے سن لوگ ایک دوسرے دے اگے ود کے ایک دوسرے دی مدد کر دے سن او زمانے ہن کتھے رہ گئے ہن پہلے محلے وچ کوئی فوتگی ہو جاندی سی سارے نو اس زمانے جڑے اس زمانے وچ رہے نے انہاں نو پتہ ہی اے کہ کوئی فوتگی ہو جاندی سی تے فورن અસારે નસિયત કીતી જાવદીસી કે કિસીને રેડિયો ન લана ટેલિવિઝન બહોત કટસી ઉમાલે લેકિન ગાણે દી અવાજ ન જાવે કોઈ ખુદ ખબરદાર કિસીને રેડિયો લાયા કોઈ જોર દી હસે ગા નહીં કેણા કે રામ દેરા ਮਹਲਿਸ਼ ਫੋਤਗੀ ਹੋਈਏ ਤਾਂ ਤੁਸੀਂ ਕੋਈ ਕਿਸੇ ਦੀ ਉੱਚੀ ਆਵਾਜ਼ ਨਾ ਜਾਵੇ ਉਹ 10 ਦਿਨ ਜਾ ਕੇ ਲੋਕ ਫੂੜੀ ਤੇ ਬੰਦੇ ਸੰਨ ਕਰਦੇ ਸਨ ਘਰ ਵਾਲਿਆਂ ਦੇ ਔਰ ਫੋਤਗੀ ਤੇ ਵੀ ਇੰਨਾ ਸਾਦਾ ਜਿਹਾ ਖਾਣਾ ਦਿੱਤਾ ਜਾਂਦਾ ਸੀ ਕਿ ਬਈ ਘਰ ਵਾਲਿਆਂ ਦੇ ਦੁੱਖ ਦਰਦ ਵਿੱਚ ਸ਼ਾਮਿਲ ਹੁੰਦੇ ਸਨ ਅੱਜ ਦੇਖੋ ਫੋਤਗੀ ਕਿਹਨੇ ਬਦਲ ਗਈ ਹੈ ਕਿ ਅਗਰ ਤੁਸੀਂ ਦੇਖ ਨਾ ਨਾ ਲੈ ਕੇ ਜਾਓ ਤੇ ਅਗਲੇ ਘਰ ਵਾਲੇ ਵੀ ਕਰਨਗੇ ਵੀ ਇਹ ਖਾਣਾ ਦਿੱਤਾ ਇਹਨਾਂ ਨੇ ਸਾਨੂੰ ਸਾਦਾ ਖਾਣਾ ਦਿੱਤਾ ਜਾਂ ਤਾਂ ਸੀ ਕਿ ਉਸ ਘਰ 'ਚ ਫੌਤ ਕਿ ਹੋ ਗਈ ਔਰ ਪੂਰਾ ਮੁਹੱਲਾ ਜਿਹੜਾ ਵੇ ਉਸ ਦਰਦ ਵਿੱਚ ਸ਼ਾਮਿਲ ਹੁੰਦਾ ਸੀ ਕਿਸੇ ਦੇ ਘਰ ਉੱਚੀ ਆਵਾਜ਼ ਜਾਂਦੀ ਸੀ ਕਿਸੇ ਦੀ ਕੋਈ ਸ਼ਾਦੀ ਰੱਖੀ ਹੁੰਦੀ ਸੀ ਤੇ ਉਹ ਲੋਕ ਕਰ ਦੇ ਨਹੀਂ ਸਕੇ ਵੀ ਮਹੱਲੇ 'ਚ ਇਸ ਤਰ੍ਹਾਂ ਹੋ ਗਿਆ ਇਕ ਦੂਸਰੇ ਦਾ ਖਿਆਲ ਰੱਖਿਆ ਜਾਂਦਾ ਸੀ ਜਿੰਨੇ ਵੀ ਸਾਡੇ ਆਪਣੇ ਮਿਹਦੇ ਆਪਣੇ ਮਾਪੇਪ ਲਈ ਹੱਥ ਚੁੱਕ ਚੁੱਕ ਕੇ ਦੁਆਵਾਂ ਮੰਗਦੇ ਆ ਕਿ ਯਾ ਅੱਲਾ ਉਹਨਾਂ ਨੂੰ ਤੂੰ ਜੰਨਤਾਂ ਵਿੱਚ ਜਗ੍ਹਾ ਦੇਵੀ ਸਾਡੇ ਮਾਪੇਪ ਨੂੰ ਜਿਹੜੇ ਜਾ ਚੁੱਕੇ ਨੇ ਸਭ ਨੂੰ ਉਹਨਾਂ ਵਾਸਤੇ ਇਹੀ ਦੁਆਵੇ ਜੋ ਜੋ ਦੁਨੀਆ ਤੋਂ ਜਾ ਚੁੱਕਾ ਹੈ ਪਰ ਇਹ ਵੀ ਕਿ ਉਸ ਤੋਂ ਕਿ ਉਹ ਜ਼ਮਾਨੇ ਅੱਛੇ ਸਨ ਕਿ ਨਫ਼ਰਤਾਂ ਨਹੀਂ ਬੱਚਿਆਂ ਨੂੰ ਸਿਖਾਈਆਂ ਜਾਂਦੀਆਂ ਜਾਂ ਸਾਂ ਉਹ ਜ਼ਮਾਨੇ ਚ ਇਹ ਨਹੀਂ ਕਿਹਾ ਜਾਂਦਾ ਸੀ ਤੁਸੀਂ ਫਲਾਣੇ ਦੇ ਘਰ ਨਹੀਂ ਜਾਣਾ ਫਲਾਣਾ ਐਵੇਂ ਫਲਾਣਾ ਬਾਜਲੇ ਫਲਾਣਾ ਸਿੰਧੀ ਹੈ ਫਲਾਣਾ ਪਠਾਨ ਫਲਾਣਾ ਯੂ ਹੈ ਫਲਾ ਸ਼ੀ ਆਵੇ ਇਨਸਾਨੀਅਤ ਸਿਖਾਈ ਜਾਂਦੀ ਸੀ ਉਹ ਹੀ ਅਸੀਂ ਸਾਡੇ ਮਹੱਲੇ ਚ ਸਭ ਲੋਕ ਰਹਿੰਦੇ ਸਨ ਮਿਕਸ ਆਬਾਦੀ ਸੀ ਕਦੀ ਕਿਸ ਮਤ ਇਸ ਬੇਸ ਤੇ ਕਦੀ ਸਾਡੇ ਮਾਪੇ ਨੇ ਸਾਨੂੰ ਮਨਾ ਨਹੀਂ ਕੀਤਾ ਸੀ ਨਾ ਅਸੀਂ ਉਹਨੇ ਬਹੁਤ ਕੋਈ ਜੁਮਲਾ ਸੋਣਿਆ ਸੀ ਕਿ ਫਲਾਣੇ ਦੇ ਘਰ ਨਹੀਂ ਜਾਣਾ ਫਲਾਣਾ ਐਵੇਂ ਤੇ ਫਲਾਣੇ ਦੇ ਘਰ ਨਹੀਂ ਜਾਣਾ ਹਰ ਇੱਕ ਘਰ ਚ ਤੁਹਾਨੂੰ ਇਜਾਜ਼ਤ ਹੁੰਦੀ ਸੀ ਬੁਆ ਖੋਲੋ ਤੇ ਚਲੇ ਜਾਵੋ ਸਾਲਨ ਦੀ ਜ਼ਰੂਰਤ ਪੈਣੀ ਏ ਚਲੋ ਭਈ ਮਾਸੀ ਸਾਲਨ ਦੇ ਦਿਓ ਮੈਂ ਅਕਸਰ ਆਪਣੀ ਪਪੋ ਦੇ ਘਰ ਦੌੜ ਕੇ ਚਲੀ ਜਾਂਦੀ ਹਣੀ ਸਾਪ ਕੋ ਪਪੋ ਕੀ ਪਕਾਇਆ ਹੈ ਅਗਰ ਘਰ ਦੀ ਚੀਜ਼ ਪਸੰਦ ਨਹੀਂ ਹੈ ਉਹ ਪੋਰੇ ਕੜਾਜਾ ਬੇਜਾ ਖਾਲਾ ਦੇ ਉਹ ਖਾ ਚੁੱਕੇ ਹਮੇਸ਼ਾ ਮਨ ਪਿਆਲੀ ਚ ਪਾ ਕੇ ਸਾਲਨ ਦੇ ਦੇਣਾ ਕਰ ਲਿਆ ਕੇ ਖਾ ਲੈਣਾ ਸਾਲਨ ਮੰਗਣ ਵਾਸਤੇ ਚਲੇ ਜਾਂਦੇ 19 ਅਮੀ ਬੋ ਪੋਰੇ ਕਰੋ ਸਾਲਨ ਲੈਣ ਚੱਲੇ ਆ ਐਸੇ ਜ਼ਮਾਨੇ ਪੋਪੋ ਦੀ ਬਜੀਆਂ ਅਕਸਰ ਸਾਡੇ ਵੱਲ ਆ ਜਾਣਾ ਕੋਈ ਪਸੰਦ ਦੀ ਚੀਜ਼ ਬਣਾਣੇ ਕਿ ਮਾਮੀ ਜੀ ਕੀ ਪਕਾਏ ਬੱਚੇ ਇਸ ਤਰ੍ਹਾਂ ਸਾਲਨ ਲੈਣ ਇੱਕ ਦੂਸਰੇ ਕੋ ਚਲੇ ਜਾਂਦੇ ਸਨ ਇੱਕ ਦੂਸਰੇ ਕੋ ਚੀਜ਼ ਉਧਾਰ ਲੈ ਲਈ ਜਾਂਦੀ ਸੀ ਸਭ ਚੀਨੀ ਤੇ ਰਵੋ ਇੱਕ ਇੱਕ ਕੱਪ ਤੁਹਾਨੂੰ ਵਾਪਸ ਮੋੜ ਦਵਾਂਗੇ ਅਸੀਂ ਤੇ ਉਹ ਚੀਨੀ ਦੀ ਤਵਾਦਲੇ ਹੁੰਦੇ ਸਨ ਕਦੀ ਚੌਲ ਚਾਹੀਦੇ ਹੁਣ ਕਿਹੜੀ ਵੀ ਚੀਜ਼ ਕਿਉਂ ਖਾਸ ਤੌਰ ਤੇ ਨਹੀਂ ਤੇ ਕਿਹਾ ਦੋ ਐਸੇ ਆਈਟਮਸ ਹਨ ਭਾਈ ਕਿ ਉਧਾਰ ਬਹੁਤ ਚੱਲਦਾ ਸੀ ਮਹੱਲੇਦਾਰੀ ਵਿੱਚ ਉਹ ਫੇਰ ਜਦੋਂ ਆਣਾ ਫੇ ਅਗਲੇ ਨੇ ਭੇਜ ਦੇਣਾ ਤੇ ਕਿਹਾ ਨਹੀਂ ਨਹੀਂ ਫੇਰ ਲੋਡ ਪੈ ਗਈ ਤੇ ਮੈਂ ਲੈ ਲਾਂਗੀ ਪਰ ਹੁਣ ਤੁਸੀਂ ਲੈ ਲਵੋ ਇਸ ਤਰ੍ਹਾਂ ਕੋਈ ਤਕਰੀਬ ਕਰੀਬ ਦੁਕਾਨਾ ਨਹੀਂ ਹੁੰਦੀ ਆਸਨ ਉਸ ਜ਼ਮਾਨੇ ਚ ਬادیه ਇਸ ਤੋਂ ਫੇਰ ਲੋਕਾਂ ਕਦੀ ਕੋਈ ਚੀਜ਼ ਥੋੜ ਜਾਨੀ ਤੇ ਇੱਕ ਦੂਸਰੇ ਕੋਲੋਂ ਮੰਗ ਲੈਣੀ ਪਹਿਲਾਂ ਤਕਲਫ ਮੰਗ ਲੈਣੀ ਕਿ ਜਾਵੇ ਫਲਾਣ ਦੇ ਘਰੋਂ ਜਾ ਲੈ ਕੇ ਆ ਜਾ ਤੇ ਉਹ ਚਲੇ ਜਾ ਹੁਣ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਸੀਂ ਆਪਣੇ ਪੜੋਸਰ ਜਾਓਗੇ ਕਹੋਗੇ ਵੀ ਸਭ ਦੇ ਦਿਓ ਨਹੀਂ ਭਈ ਲੋਕ ਹਰ ਹਰ ਬੰਦੇ ਆਪਣੀ ਬੜੀ ਇੱਕ ਸ਼ਾਨ ਵਿੱਚ ਬੜੀ ਆਪਣੀ ਇੱਕ ਉਹਦੇ ਵਿੱਚ ਬੈਠਾ ਵੇ ਕਿ ਉਹ ਕਹਿੰਦਾ ਨਹੀਂ ਵੀ ਮੈਂ ਕਿਸੇ ਕੋਈ ਜਾਣ ਮੰਗਣਾ ਸੇ ਇਹ ਤਕल्लुਫات ਖਤਮ ਹੋ ਗਏ ਉਹ ਜਿਸ ਤਰ੍ਹਾਂ ਮਾਸੀਆਂ ਨੂੰ ਮਾਮੀਆਂ ਨੂੰ ਜਾ ਕੇ ਵਿਹੜਿਆਂ 'ਚ ਵੜ ਜਾਣਾ ਬਗੈ ਕੁੰਡੀ ਖੜਕਾਈ ਅੰਦਰ ਵੜ ਜਾਣਾ ਜਿਹੜੇ ਮਹੱਲੇ ਦੇ ਮਰਜ਼ੀ ਘਾਰ 'ਚ ਤੁਸੀਂ ਚਲੇ ਜਾਓ ਕੋਈ ਬਨਾ ਹੀ ਨਹੀਂ ਸੀ ਕੋਈ ਤੁਹਾਨੂੰ ਮਨਾ ਨਹੀਂ ਕਰਦਾ ਸੀ ਇਕ ਕੋਈ ਤੁਹਾਨੂੰ ਦੇਖ ਕੇ ਮੱਥੇ ਤੇ ਵੱਟ ਨਹੀਂ ਪਾਉਂਦਾ ਸੀ ਹੁਣ ਅੱਜ ਕੱਲ ਤੁਸੀਂ ਕਿਸੇ ਦੇ ਘਰ ਜਾਣਾ ਵੀ ਪਹਿਲੇ ਕੋ ਪੁੱਛੋਗੇ ਫਿਰ ਜਾਓਗੇ ਜੇ ਕੋਈ ਇਜਾਜ਼ਤ ਦੇਗਾ ਜਾਓਗੇ ਫਿਰ ਵੀ ਤੁਸੀਂ ਬੜੇ ਬੈਠਣਾ ਵੀ ਤਮੀਜ਼ ਦੇ ਨਾਲ ਇਸ ਤਰ੍ਹਾਂ ਕਰਕੇ ਲੱਤ ਤੇ ਲੱਤ ਤੁਸੀਂ ਲਾਜ਼ਮੀ ਰੱਖਣੀ ਹੈ ਮਰਨਾ ਤੁਸੀਂ ਵੀ ਪਿੰਡ ਨੂੰ ਤਸੰਬਰ ਕੀਤੇ ਜਾਓਗੇ ਤੁਸੀਂ ਕਿਤੇ ਗਏ ਹੋ ਗਲਾਸ ਚ ਥੋੜਾ ਜਿਹਾ ਕੋਲਡ ਡਰਿੰਕ ਛੱਡਣੀ ਜ਼ਰੂਰੀ ਹੈ ਵਰਨਾ ਤੇ ਵੀ ਤੂੰ ਕਹਿਣਗੇ ਭਈ ਇਹ ਤੇ ਸਾਰੀ ਪੀ ਗਿਆ ਨੂੰ ਪਾਗਲ ਨੂੰ ਪਤਾ ਹੀ ਨਹੀਂ ਉਹ ਫੈਸ਼ਨ ਹੈ ਇਹ ਵੀ ਕੋਈ ਇੰਨਾ ਕੋਲਡ ਡਰਿੰਕ ਛੱਡਣਾ ਜ਼ਰੂਰੀ ਹੈ ਤੇ ਇੰਨੀ ਚਾਹ ਵੀ ਜ਼ਰੂਰ ਛੱਡਣੀ ਇੱਕ ਕੱਪ ਵਿੱਚ ਪਹਿਲੇ ਕਹਿੰਦਾ ਮੁਕਾਓ ਆਖਰੀ ਕੋਟ ਤੱਕ ਮੁਕਾਓ ਲੇਕਿਨ ਹੁਣ ਛੱਡਣਾ ਇੱਕ ਬਰਤਨ ਵਿੱਚ ਖਾਲੀ ਨਹੀਂ ਕਰਨਾ ਫੈਸ਼ਨ ਬਣ ਗਿਆ ਕੋਈ ਉਹ ਚੀਜ਼ ਖਾ ਕੇ ਛੱਡ ਦੇਣੀ ਹੈ ਔਰ ਤਕਲਫਾਤ ਵਿੱਚ ਅਸੀਂ ਕਿਸੇ ਦੇ ਘਰ ਵੀ ਜਾਂਦੇ ਆ ਤੇ ਕਰਦੇ ਕਿ ਹੁਣ ਉਹ ਕਾਂਟੇ ਤੇ ਛੁਰੀਆਂ ਤੇ ਇਹ ਤੇ ਉਹ ਇਸ ਤਰ੍ਹਾਂ ਆ ਜਾਂਦਾ ਮਸਨੂਈ ਪਨ ਕਿ ਉਹ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਰਿਹਾ ਜ਼ਿੰਦਗੀ ਦਾ ਮਜ਼ਾ ਉਦੋਂ ਹੀ ਸੀ ਜਦੋਂ ਤੁਸੀਂ ਬੈ ਕੇ ਛਾਬੀਆਂ ਵਿੱਚ ਰੋਟੀਆਂ ਹੁੰਦੀਆਂ ਸਨ ਤੇ ਨਾਲ ਹੁੰਦੀ ਸੀ ਪਲੇਟ ਤੇ ਸਾਰਾ ਦੋ ਦੋ ਤਿੰਨ ਤਿੰਨ ਬੰਦੇ ਬੈਠ ਕੇ ਰੋਟੀ ਖਾ ਲੈਂਦੇ ਸਨ ਤੇ ਅੱਲਾ ਅੱਲਾ ਤੇ ਖੈਰ ਸੱਲਾ ਕਿਸੇ ਦੇ ਘਰ ਵੀ ਚਲੇ ਜਾਂਦੇ ਸੌ ਤੇ ਮੱਥੇ ਤੇ ਵਟ ਨਹੀਂ ਪੈਂਦਾ ਸੀ ਅਗਲੇ ਤਾਨੂੰ ਬਾਵਾ ਖੋਲ ਕੇ ਕਹਿੰਦੇ ਸਨ ਜੀ ਆਇਆਂ ਨੂੰ ਬਿਸਮਿਲਲਾ ਜੀ ਆਇਆਂ ਨੂੰ ਤੇ ਹੁਣ ਉਹ ਸਵਾਰ ਸਾ ਹੋ ਗਿਆ ਲਫ਼ਜ਼ ਸੋਨੇ ਹੋਏਗੀ ਤੇ ਬਸ ਸਮਾਨੇ ਚੱਲਦੇ ਰਹਿੰਦੇ ਨੇ ਇਸ ਤਰ੍ਹਾਂ ਹੀ ਅਸੀਂ ਇਹਨਾਂ ਦਾ ਜ਼ਿਕਰ ਕਰਦੇ ਰਵਾਂਗੇ ਨਾਲੋਂ ਨਾਲ ਅਸੀਂ ਇਹਨਾਂ ਜ਼ਮਾਨਿਆਂ ਨੂੰ भूलना तो नहीं है ना तो फिर असी नवी याद नवी गल आ गुजरा हुआ जमाना आता नहीं दुबारा हाफिज खुदा तुम्हारा हाफिज खुदा तुम्हारा खुशियाँ थी चार दिन की आंसू है उम्र भर के तन्हाइयों में अक्सर रोएंगे याद करके वो वक्त जो के हमने वो वक्त जो के हमने एक साथ है गुजारा حافظ خدا تمہارا حافظ خدا تمہارا